ਮੁਬੀਨ ਭਾਈ ਐਸੀ ਜਗ੍ਹਾ ਤੇ ਖੜੇ ਆ ਗੰਦੇ ਪਾਣੀਆਂ ਦੇ ਉੱਤੇ ਜਾਨਵਰ ਔਰ ਇਨਸਾਨ ਇਕੱਠੇ ਆਪਣੀ ਜ਼ਿੰਦਗੀ ਬਸਰ। ਬੱਚਾ ਗਿਰਿਆ ਛੱਪੜ ਦੇ ਦਲਦਲ ਚ ਦਸਤਾ ਗਿਆ, ਅੱਲਾ ਮਾਫ ਕਰੇ, ਅਖੀਰ ਜਾਨ ਦੀ ਬਾਜ਼ੀ ਹਾਰ ਗਿਆ। ਸਾਡਾ ਸਕਾ ਪਣ ਜਾ ਮਟਿਆ, ਕਰੋੜਾਂ ਦੁਨੀਆ ਸੀ, ਕਰੋੜਾਂ ਦੁਨੀਆ ਰੋੜਾਂ ਤੇ ਵੇਚਦੀ ਖਲੋ ਕੇ ਸਾਡਾ ਭਣੋਈਆ ਮਰਿਆ। ਕਿਸੇ ਦੀ ਹੌਸਲਾ ਨੀ ਪਿਆ ਵੀ ਆਹ 10 ਰੁਪਏ ਦੇ ਇਹਨੂੰ ਕਢਾ ਦੇ। ਸਿਰਫ ਮੇਰਾ ਖਿਆਲ ਹੈ ਜੇ ਭਈ ਇੰਨੀ ਇੱਥੋਂ ਦੀਵਾਰ ਬਣ ਜਾਵੇ ਨਾ, ਇੱਕ ਆਓਗੀ ਜੀ, ਇੰਨਾ ਕੀ ਹੋਰ ਚੱਲ ਕੇ ਆਇਆ ਤੇ ਇੰਨੀ ਦੀਵਾਰ ਬਣ ਗਈ, ਸਾਡੇ ਭਾਈ ਦਾ ਘਰ ਫੁੱਲ ਮਹਿਫੂਜ਼ ਹੋ ਜਾਣਾ। ਬਹੁਤ ਜਾਣੇ ਨੇ ਸਾਡਾ ਸਾਰਾ ਹੋ ਗਿਆ। ਮੁਬੀਨ ਭਾਈ ਐਸੀ ਜਗ੍ਹਾ ਤੇ ਖੜੇ ਆ ਕਿ ਜਿਨ੍ਹਾਂ ਦੇ ਮੁਤਲਕ ਕਿਤਾਬਾਂ ਦੇ ਅੰਦਰ ਪੜ੍ਹਦੇ ਸੀ, ਕੰਨਾਂ ਨਾਲ ਸੁਣਦੇ ਸੀ ਕਿ ਜਿਹੜੀਆਂ ਗੰਦੇ ਪਾਣੀਆਂ ਦੇ ਉੱਤੇ ਜਾਨਵਰ ਔਰ ਇਨਸਾਨ ਇਕੱਠੇ ਆਪਣੀ ਜ਼ਿੰਦਗੀ ਬਸਰ ਕਰਦੇ ਆ, ਔਰ ਹਕੀਕਤ ਅੱਖਾਂ ਨਾਲ ਦੇਖ ਰਹੇ ਆ ਜ਼ੁਹੇਬ ਭਾਈ, ਜ਼ੁਹੇਬ ਭਾਈ ਪਹਿਲਾਂ ਤਾਂ ਉਹ ਸਾਹਮਣੇ ਜਿਹੜਾ ਘਰ ਜੀ, ਉਹਨਾਂ ਦਾ ਅੱਲਾ ਮਾਫ ਕਰੇ ਨਾ, ਕੋਈ 1.5 ਸਾਲ ਪੁਰਾਣੀ ਗੱਲ ਆ, ਬੱਚਾ ਗਿਰਿਆ ਛੱਪੜ ਦੇ ਅੰਦਰ ਦਲਦਲ ਚ ਦਸਤਾ ਗਿਆ, ਅੱਲਾ ਮਾਫ ਕਰੇ, ਅਖੀਰ ਜਾਨ ਦੀ ਬਾਜ਼ੀ ਹਾਰ ਗਈ। ਬੇਸ਼ੱਕ, ਔਰ ਮੈਨੂੰ ਇਸ ਘਰ ਦਾ ਵੀ ਬੜਾ ਖਤਰਾ ਨਜ਼ਰ ਆ ਰਿਹਾ ਕਿ ਦੇਖ ਲਓ ਕਿ ਨਿੱਕੇ ਨਿੱਕੇ ਬੱਚੇ ਹੋਣ ਦੇ ਬਾਵਜੂਦ ਦਲਦਲ ਆ ਨਿਰੀ ਗੰਦਗੀ, ਮਾਫ ਕਰੇ ਜੇ ਭਈ ਲੋਕ ਰਹਿੰਦੇ ਕਿ ਹੁੰਦੇ ਛੱਪੜਾਂ ਦੇ ਉੱਪਰ, ਕਿਉਂਕਿ ਇਹ ਨਾ ਕਿਸੇ ਵਕਤ ਨਾ ਜਿੱਦਾਂ ਨਹੀਂ ਕਿ ਥੋੜੇ ਥੋੜੇ ਹਕੂਮਤ ਨੇ ਕੁਆਟਰ ਦਿੱਤੇ ਸੀ ਕਿ 5 ਮਹਲੇ 3 ਮਹਲੇ ਦੀ ਸਕੀਮ, ਸਹੀ ਦੌਰ ਦੇ ਵਿੱਚ ਇਹ ਘਰ ਮਿਲੇ ਹੋਏ ਆ ਤੇ ਸਰਕਾਰ ਨੇ ਦਿੱਤੇ ਕਿਹੜੀ ਜਗ੍ਹਾ ਤੇ ਉਹਦੇ ਕੋਲ ਛੱਪੜਾਂ ਤੇ ਇੱਕ ਗੁਰਬਤ ਇੰਨੀ ਹੁੰਦੀ ਹੈ ਕਿ ਅੱਲਾ ਮਾਫ ਕਰੇ ਆਪਣਾ, ਫਿਰ ਇਹ ਲੋਕ ਥੋੜੀ ਬਹੁਤ ਮਿੱਟੀ ਸਿੱਟਦੇ ਆ, ਇਸੇ ਜਗ੍ਹਾ ਨੂੰ ਆਪਣੀ ਕਿਆਮਗਾਹ ਬਣਾ ਲੈਂਦੇ ਆ। ਬੇਸ਼ੱਕ, ਤੇ ਮੁਬੀਨ ਭਾਈ ਯਕੀਨਨ ਇਸ ਘਰ ਦੇ ਅੰਦਰ ਨਾ ਕੋਈ ਪਿਛਲੀ ਦੀਵਾਰ, ਇੱਕ ਸਿਰਫ ਕਮਰਾ, ਔਰ ਪੂਰੇ ਘਰ ਦੇ ਅੰਦਰ ਨਾ ਕੋਈ ਵਾਸ਼ਰੂਮ ਨਾ ਨਲਕਾ, ਅੱਲਾ ਪਾਕ ਦੀ ਰਹਿਮਤ ਇੱਥੇ ਨਲਕਾ ਲੱਗ ਰਿਹਾ। ਜੀ ਜੀ, ਇੱਕ ਵਾਰੀ ਇਨਸ਼ਾਅੱਲਾ ਮੁਕੰਮਲ ਹੋ, ਚਲੋ ਬਾਕੀ ਵੀ ਅੱਲਾ ਇਹਨਾਂ ਦਾ ਇੰਤਜ਼ਾਮ ਸੋਨਾ ਰੱਬ ਫਰਮਾਏ, ਲੇਕਿਨ ਇਹ ਕਿ ਚਲੋ ਪਾਣੀ ਦੀ ਸਹੂਲਤ ਹੋ ਜੂਗੀ ਜਾਨਵਰ। ਲੋ ਜੀ ਮੁਬੀਨ ਭਾਈ, ਅੱਜ ਦਾ ਜਿਹੜਾ ਵਾਟਰ ਪ੍ਰੋਜੈਕਟ ਆ, ਬੜੀ ਹੀ ਮੁਕੱਦਸ ਹਸਤੀ ਹਜ਼ਰਤ ਸੈਯਦਾ ਸਕੀਨਾ ਬੀਬੀ ਸਲਾਮੁੱਲਾ ਅਲੈਹ, ਉਹਨਾਂ ਦੇ ਨਾਮੇ ਨਾਲ ਵੀ ਇਸਵੇਂ ਗ੍ਰਾਮੀ ਦੇ ਨਾਲ ਮੁਨਸਬ ਕੀਤਾ ਗਿਆ ਵਾ। ਦਿਲੀ ਦੁਆ ਕਿ ਅੱਲਾ ਹਮੇਸ਼ਾ ਸ਼ਾਨ ਅਹਿਲੇ ਬੈਤ ਤੇ ਆਪਣੀ ਰਹਿਮਤਾਂ ਨਾਜ਼ਲ ਫਰਮਾਏ, ਆਮੀਨ, ਕਿ ਜਿਨ੍ਹਾਂ ਨੇ ਜਾਨ ਦੇ ਨਜ਼ਰਾਨੇ ਪੇਸ਼ ਕਰਤੇ ਲੇਕਿਨ ਨਬੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੇ ਦੀਨ ਦੇ ਉੱਤੇ ਆਂਚ ਨਹੀਂ ਆਈ, ਅਹਿਲੇ ਬੈਤ ਦੇ ਸਦਕੇ ਅੱਲਾ ਸਭ ਦੀ ਬਖਸ਼ਿਸ਼ ਫਰਮਾਏ ਜੀ ਭਈ। ਨਾਲ ਹੀ ਸਾਡੇ ਭਾਈ ਉਹ ਮੌਜੂਦ ਹੈ ਕਿ ਜਿਨ੍ਹਾਂ ਦੇ ਨਾਲ ਇਹ ਟੋਬਾ ਵਜ਼ੂ ਹੈ ਭਈ, ਜੀ ਜੀ, ਪਹਿਲਾਂ ਤਾਂ ਇਹ ਦੱਸਣ ਕਿ ਨਲਕੇ ਦਾ ਇੱਥੇ ਕਿੰਨਾ ਕੁ ਫਾਇਦਾ ਹੋਊਗਾ ਨਾ ਵਾਸਤੇ। ਬਹੁਤ ਜਾਣੇ ਨੇ ਸਾਡਾ ਸਾਰਾ ਹੋ ਗਿਆ ਤੇ ਅਲਹਮਦੁਲਿਲਾ, ਅਸੀਂ ਦੂਰੋਂ ਪੰਜ ਲੈ ਕੇ ਜਾਂਦੇ, ਤੁਹਾਡੀ ਮਿਹਰਬਾਨੀ ਜੀ, ਅੱਲਾ ਪਾਕ ਦੀ ਮਿਹਰਬਾਨੀ, ਕਿਹਦੀ ਜੀ, ਅੱਲਾ ਪਾਕ ਦੀ, ਅੱਲਾ ਪਾਕ ਸੋਨੇ ਰੱਬ ਦੀ। ਭਈ ਜਦੋਂ ਦੇਖੋ ਨਾ, ਪਾਣੀ ਇੱਕ ਐਸੀ ਚੀਜ਼ ਆ ਹਰ ਘਰ ਦੀ ਜ਼ਰੂਰਤ ਆ, ਸਾਡਾ ਵੀ ਬਹੁਤ ਸਾਲੇ ਤੋਂ ਚੰਗਾ ਕੀਤੀ ਨੇ ਕੀਤੀ ਆ, ਆਮੀਨ। ਕਿੰਨਾ ਅਰਸਾ ਹੋ ਗਿਆ ਤਕਰੀਬਨ ਤੁਸੀਂ ਇਨਕੇ ਬਾਹਰੋਂ ਪਾਣੀ ਲੈ ਕੇ ਆਉਂਦੇ? ਸਾਨੂੰ ਜੀ 6 ਸਾਲ ਹੋ ਗਏ। ਸਹੀ, ਤੇ ਜਿਹੜਾ ਯਕੀਨ ਨਹੀਂ ਆਉਂਦਾ ਕਿ ਯਾਨੀ ਕਿ ਐਸੇ ਦੌਰ ਦੇ ਅੰਦਰ ਹਲੇ ਵੀ ਦੁਨੀਆ ਇਨਕੇ ਪਾਣੀ ਇਦਾਂ ਇਸਤੇਮਾਲ ਪਾਣੀ ਲੈ ਕੇ ਆਉਂਦੀ। ਫਿਰ ਜੇ ਵੀ ਉੱਤੋਂ ਪਾਣੀ ਐਸੀ ਚੀਜ਼ ਆ, ਵਾਸ਼ਰੂਮ 'ਚ ਪਾਣੀ, ਪੀਣੇ ਲਈ ਪਾਣੀ, ਹਾਂਡੀ ਪਕਾਉਣ ਲਈ ਪਾਣੀ, ਅਸੀਂ ਗਰੀਬ ਬਾਰ ਬਾਰ ਉਹ ਚੁੱਕੇ, ਗਰੀਬ ਆਦਮੀ ਇਹਨਾਂ ਨਹੀਂ ਕਰ ਸਕਦੇ ਮੁਸਤਕਬਲ। ਜੀ ਜੀ, ਅੱਲਾ ਪਾਕ ਬਿਆਨ ਦੇ ਤੇ ਸਾਨੀਆਂ ਫਰਮਾਏ। ਤੇ ਐਸੇ ਟੋਬੇ ਦੇ ਮੁਤਲਕ ਤੁਸੀਂ ਇੱਕ ਗੱਲ ਦੱਸ ਰਹੇ ਸੀ ਕਿ ਕਿੱਦਾਂ ਇਹਦੇ 'ਚ ਬੰਦਾ ਆ ਕੇ ਲਵਾਉਂਦਾ ਹੈ? ਜੀ, ਸਾਡਾ ਸਕਾ ਪਣ ਜਾ ਮਟਾ। ਕਿੰਨੀ ਦੇਰ ਪਹਿਲਾਂ? ਤਕਰੀਬਨ 22 ਸਾਲ ਹੋ ਗਏ। ਸਹੀ, ਟੋਬਾ ਦਾ ਮਤਲਬ ਪਤਾ ਨੀ ਕਿੰਨੇ ਦਾ, 50 ਸਾਲ ਤਾਂ ਮੇਰੇ ਖਿਆਲ ਜ਼ਿਆਦਾ ਹੋਣਾ ਵਾ। ਹਕੂਮਤ ਨੇ ਇਹਦੇ ਬਾਰੇ ਕੋਈ ਨਹੀਂ ਸੋਚਿਆ, ਹਾਲਾਂਕਿ ਅੱਜ ਕੱਲ੍ਹ ਤਾਂ ਬੜੇ ਬੜੇ ਪੱਕੇ ਖਾਣੇ ਬਣ ਰਹੇ, ਮਰਨ ਤੋਂ ਬਾਅਦ ਨਹੀਂ ਸੋਚਿਆ। ਅੱਛਾ ਭਈ, ਯਾਨੀ ਇਹਦੇ 'ਚ ਜਾਨਵਰ ਨਹੀਂ ਆਉਂਦੇ ਇੱਧਰ ਨੂੰ, ਕੋਈ ਜ਼ਹਿਰੀਲੀਆਂ ਚੀਜ਼ਾਂ? ਕੋਈ ਚੀਜ਼ ਨਹੀਂ ਇੱਥੇ ਵੱਜਦੀ ਟੋਬੇ ਦੇ ਅੰਦਰੋਂ, ਯਾਨੀ ਕਿ ਬੰਦੇ ਵੀ ਪਰਾਂ ਰਹਿੰਦੇ ਇੱਥੇ ਦੇ ਤੇ। ਸਹੀ, ਵੈਸੇ ਦੇ ਵਿੱਚ ਚੀਜ਼ਾਂ ਹੈਗੀਆਂ ਵਾ? ਹੈਗੀਆਂ ਭਾਈ ਜਾਨ ਦੇ ਨਾ ਜੇ ਭਾਈ ਉਰੇ ਵਾਸ਼ਰੂਮ ਆ, ਦੇਖ ਲੋ ਪੂਰੇ ਘਰ ਦੇ ਅੰਦਰ ਨਾ ਦੀਵਾਰ, ਸਿਰਫ ਮੇਰਾ ਖਿਆਲ ਭਾਈ ਇੰਨੀ ਇੱਥੋਂ ਦੀਵਾਰ ਬਣ ਜਾਵੇ ਨਾ ਜੀ ਜੀ, ਇਸ ਜਗ੍ਹਾ ਤੋਂ ਲੈ ਕੇ ਆ, ਦੇਖਿਓ ਹੱਥ ਪਕੜਿਓ ਜ਼ਰਾ, ਬੇਸ਼ੱਕ ਸਹੀ, ਇਹ ਇੱਕ ਆਓਗੀ ਜੀ,
ਇੰਨਾ ਕੀ ਹੋਰ ਚੱਲ ਕੇ ਆਇਆ ਤੇ ਇੰਨੀ ਦੀਵਾਰ ਬਣ ਕੇ ਸਾਡੇ ਭਾਈ ਦਾ ਘਰ ਫੁੱਲ ਮਹਿਫੂਜ਼ ਹੋ ਜਾਣਾ ਇਨਸ਼ਾਅੱਲਾ। ਬੇਸ਼ੱਕ ਇੱਕ ਅੱਲਾ ਪਾਕ ਦੇ ਕੋਲੋਂ ਬਣ ਗਿਆ ਵਾਸ਼ਰੂਮ, ਚਲੋ ਸਾਡੀਆਂ ਮਾਵਾਂ ਭੈਣਾਂ ਨੂੰ ਹੋਰ ਜ਼ਿਆਦਾ ਆਸਾਨੀ ਹੋ ਜਾਊਗੀ। ਬੇਸ਼ੱਕ ਗੁਰ ਫਿਰ ਮੁਬੀਨ ਭਾਈ ਦੇਖ ਲਓ ਕਿ ਅਗਰ ਨਾਲ ਦੀ ਆਪਾਂ ਦੀਵਾਰ ਕੋ ਖੜੇ ਆ ਨਾ ਤੇ ਇੱਥੇ ਦੇਖ ਲਓ ਕਿ ਨਾਲ ਦੇ ਘਰ ਫੁੱਲ ਲਮਾ ਕਰੇ ਫੁੱਲ ਚਾਤੀ ਪੈ ਰਹੀ ਹੈ। ਹਾਲਾਂਕਿ ਨਾਲ ਦੇ ਹਮਸਾਏ ਦਾ ਅਖਲਾਕੀ ਤੌਰ ਤੇ ਕਰੋੜਾ ਦੁਨੀਆਂ ਸੀ, ਕਰੋੜਾਂ ਦੁਨੀਆਂ ਰੋੜਾਂ ਤੇ ਵੇਦੀ ਖਲੋ ਕੇ ਸਾਡਾ ਭਣੂਜਾ ਮਰਿਆ, ਕਿਸੇ ਦੀ ਹੌਸਲਾ ਨੀ ਪਿਆ ਵੀ ਆਹ 10 ਰੁਪਏ ਦੇ ਇਹਨੂੰ ਕਢਾ ਦੇ ਬਾਹਰ। ਹੁਣ ਲਓ ਜੀ ਮੁਬੀਨ ਭਾਈ, ਹਜ਼ਰਤ ਸੈਯਦਾ ਸਕੀਨਾ ਬੀਬੀ ਸਲਾਮੁੱਲਾ ਅਲੈਹਾ ਇਹਨਾਂ ਦੇ ਜੋ ਕਿ ਨਸਬ ਦੇ ਨਾਲ ਅੱਜ ਦਾ ਨਲਕਾ ਲਗਾਇਆ ਗਿਆ, ਦੁਆ ਫਰਮਾਈਏ। ਤੇ ਜਿਹਨਾਂ ਲਵਾਇਆ ਉਹਨਾਂ ਦੇ ਨਾਮ ਨਹੀਂ ਦੱਸਿਆ ਜੀ, ਉਹਨਾਂ ਦਾ ਨਾਮ ਵੀ ਮੁਬੀਨ ਭਾਈ ਸ਼ਾਨੇ ਅਹਲੇ ਬੈਤ ਤੇ ਸਮਝ ਲਓ ਅਜ਼ਮਤ ਬਿਆਨ ਕਰ ਰਹੇ ਨੇ। ਅੱਲਾਹ ਤਾਲਾ ਅੱਗੇ ਦਿਲੀ ਦੁਆ ਕਿ ਅੱਲਾਹ ਪਾਕ ਜਦੋਂ ਆਪਣਾ ਨਾਮ ਨਹੀਂ ਨਾ ਦੱਸ ਰਹੇ, ਇੰਨਾ ਖਿਦਮਤ ਮਖਲੂਕ ਹੈ ਖੁਦਾ ਦੀ, ਤੇਰੀ ਰਹਿਮਤ ਤੇਰੀ ਤੌਫੀਕ ਨਾ ਕਰਕੇ ਅੱਲਾਹ ਕਿਆਮਤ ਵਾਲੇ ਦਿਨ ਉਹਨਾਂ ਦਾ ਸਾਲਿਹੀਨ ਲੋਕਾਂ ਦੇ ਅੰਦਰ ਨਾਮ ਲਿਖਿਆ ਜਾਵੇ। ਆਮੀਨ। ਜਦੋਂ ਸ਼ਾਨੇ ਅਹਲੇ ਬੈਤ ਦਾ ਗਰੁੱਪ ਉੱਠੇ ਮੌਲਾ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਹੋਵੇ। ਆਮੀਨ। ਅੱਲਾਹ ਦੁਆ ਕਰੀ। ਐ ਮੇਰੇ ਅੱਲਾਹ ਅੱਜ ਦਾ ਮੁਕੰਮਲ ਵਾਟਰ ਪ੍ਰੋਜੈਕਟ ਬਿਲਖਸੂਸ ਸੈਯਦਾ ਹਜ਼ਰਤ ਸਕੀਨਾ ਬੀਬੀ ਸਲਾਮੁੱਲਾ ਅਲੈਹਾ ਉਹਨਾਂ ਦੇ ਨਾਮ ਦੇ ਨਾਲ ਨਸਬ ਕੀਤਾ ਆਪਣੀ ਬਾਰਗਾਹ ਕਬੂਲ ਮਨਜ਼ੂਰ। ਆਮੀਨ। ਮੌਲਾ ਜਿਸ ਮੈਡਮ ਸਾਹਿਬਾਂ ਨੇ ਮੁਕੰਮਲ ਤਾਵਨ ਫਰਮਾਇਆ ਪੂਰੀ ਫੈਮਿਲੀ ਤੇ ਆਪਣੀਆਂ ਖਾਸ ਰਹਿਮਤਾਂ ਨਾਜ਼ਿਲ ਫਰਮਾਇਆ। ਆਮੀਨ। ਮੌਲਾ ਮੈਡਮ ਸਾਹਿਬਾਂ ਨੇ ਆਪਣਾ ਨਾਮ ਪੁਸ਼ੀਦਾ ਰੱਖਿਆ, ਮੌਲਾ ਇਸੇ ਤਰ੍ਹਾਂ ਕੱਲ ਕਿਆਮਤ ਵਾਲੇ ਦਿਨ ਮੈਡਮ ਸਾਹਿਬਾਂ ਦੀ ਪੂਰੀ ਫੈਮਿਲੀ ਦੇ ਗੁਨਾਹਾਂ ਨੂੰ ਪੁਸ਼ੀਦਾ ਰੱਖ ਕੇ ਮੌਲਾ ਉਹਨਾਂ ਨੂੰ ਨੇਕੀਆਂ ਦੇ ਅੰਦਰ ਬਦਲ ਕੇ ਉਹਨਾਂ ਨੂੰ ਆਲਾ ਮੁਕਾਮ ਅਤਾ ਫਰਮਾ, ਦੁਨੀਆ ਦੇ ਅੰਦਰ ਵੀ ਇਸ ਤਰ੍ਹਾਂ ਨਾਲ ਨਵਾਜ਼ ਦੇ, ਆਖਰਤ ਦੇ ਅੰਦਰ ਵੀ ਇਸ ਤਰ੍ਹਾਂ ਨਾਲ। ਆਮੀਨ। ਔਰ ਕੱਲ ਕਿਆਮਤ ਵਾਲੇ ਦਿਨ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਹੱਥਾਂ ਮੁਬਾਰਕਾਂ 'ਚ ਹੋਜ਼ੇ ਕੌਸਰ ਅਤਾ ਫਰਮਾ, ਮੌਲਾ ਸਾਨੂੰ ਤਮਾਮ ਮੁਸਲਮਾਨਾਂ ਨੂੰ ਸ਼ਾਇਦ ਨਿਸ਼ਾਨੇ ਅਹਿਲੇ ਬੈਤ ਦਿਨ ਰਾਤ ਬਿਆਨ ਕਰਨ ਦੀ ਤੌਫੀਕ। ਆਮੀਨ। ਵਸੱਲੱਲਾਹੁ ਤਾਲਾ ਅਲਾ ਖੈਰ। ਆਮੀਨ। ਲਓ ਭਾਈ ਜਾਨ, ਅਸਲਾਮ ਅਲੈਕੁਮ।